ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਕਥਾ ਵਿਚਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਪਜੀ ਸਾਹਿਬ ਦੀ ਵਿਸਥਾਰ ਵਿੱਚ ਕਥਾ ਸਰਵਣ ਕਰਦਿਆਂ ਪਹਿਲੀ ਪੌੜੀ ਦੇ ਅਰਥ ਵਿਚਾਰ ਸਰਵਣ ਕੀਤੇ ਸੀ। ਅੱਜ ਆਪਾਂ ਦੂਜੀ ਪੌੜੀ ਦੇ ਅਰਥ ਵਿਚਾਰ ਸਰਵਣ ਕਰਾਂਗੇ। ਦੂਜੀ ਪੌੜੀ ਦੇ ਵਿੱਚ ਸਿੱਧਾਂ ਨੇ ਆਖਿਆ, ਜਿਸ ਪਰਮਾਤਮਾ ਦਾ ਜਸ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ, ਉਸ ਦਾ ਹੁਕਮ ਕਿਤਨਾ ਕੁ ਵੱਡਾ ਹੈ। ਫਿਰ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਉਸ ਪਰਮਾਤਮਾ ਦਾ ਸਮੱਗਰ ਹੁਕਮ ਕੁਝ ਕਥਨ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੁਕਮ ਹੈ। ਹੁਕਮ ਨਾ ਜਾਪੀ ਕੇਤੜਾ ਕਹਿ ਨਾ ਸਕੀਜੈ ਕਾਰ। ਸਿੱਧਾਂ ਨੇ ਆਖਿਆ, ਕੁਝ ਸਮਝਾਉਣ ਵਾਸਤੇ ਤਾਂ ਕਹੋ। ਫਿਰ ਗੁਰੂ ਜੀ ਨੇ ਉੱਤਰ ਦਿੱਤਾ, ਹੁਕਮੀ ਹੋਵਣ ਆਕਾਰ। ਹੁਕਮੀ ਪਰਮਾਤਮਾ ਦੇ ਹੁਕਮ ਵਿੱਚ ਵਿਸ਼ਨੂੰ, ਬ੍ਰਹਮਾ, ਸ਼ਿਵਜੀ, ਵਿਸ਼ਨਪੁਰੀ, ਬ੍ਰਹਮਪੁਰੀ, ਸ਼ਿਵਪੁਰੀ ਇਤਿਆਦਿਕ ਪੁਰੀਆਂ ਦੇ ਆਕਾਰ ਹੋਏ ਹਨ। ਇਹਨਾਂ ਦੇਵਤਿਆਂ ਦੇ ਜੋ ਉਪਾਸਕ ਹਨ ਉਹਨਾਂ ਦੇ ਆਕਾਰ ਹੋਏ ਹਨ। ਪਰਮਾਤਮਾ ਦੇ ਹੁਕਮ ਅਨੁਸਾਰ ਮਾਤਾ ਦੇ ਪੇਟ ਵਿੱਚ ਦੇਹਾਂ ਦੇ ਆਕਾਰ ਹੁੰਦੇ ਹਨ। ਯਥਾ ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੈ ਸਰਬ ਵਿਚਾਰ। ਹਰ ਚੀਜ਼ ਦਾ ਆਕਾਰ ਹੁੰਦਾ ਹੈ, ਪਰ ਪਰਮਾਤਮਾ ਦੇ ਹੁਕਮ ਦਾ ਕੋਈ ਵੀ ਆਕਾਰ ਕਹਿਆ ਨਹੀਂ ਜਾ ਸਕਦਾ ਕਿ ਕਿਤਨਾ ਕੁ ਵੱਡਾ ਉਸਦਾ ਦਾਇਰਾ ਹੈ, ਕਿਤਨੀ ਕੁ ਉਸਦੀ ਲਿਮਿਟ ਹੈ। ਉਸਦੀ ਕੋਈ ਵੀ ਲਿਮਿਟ, ਕੋਈ ਵੀ ਦਾਇਰਾ ਨਹੀਂ ਹੈ। ਹੁਕਮੀ ਹੋਵਣ ਜੀ, ਹੁਕਮ ਮਿਲੇ ਵੱਡੇ ਆਈ। ਫਿਰ 6 ਮਹੀਨੇ ਉਪਰੰਤ ਹੁਕਮੀ ਪਰਮਾਤਮਾ ਦੇ ਹੁਕਮ ਕਰਕੇ ਉਹਨਾਂ ਪੁਤਲਿਆਂ ਵਿੱਚ ਜੀ ਪੈਦਾ ਹੁੰਦੇ ਹਨ। ਉਸੇ ਪਰਮਾਤਮਾ ਦੇ ਹੁਕਮ ਨਾਲ ਹੀ ਜੀਵਾਂ ਨੂੰ ਫਿਰ ਵਡਿਆਈ ਮਿਲਦੀ ਹੈ। ਹੁਕਮੀ ਉੱਤਮ ਨੀਚ, ਪਰਮੇਸ਼ਰ ਦੇ ਹੁਕਮ ਨਾਲ ਹੀ ਕੋਈ ਉੱਤਮ ਅਤੇ ਕੋਈ ਨੀਚ ਹੁੰਦਾ ਹੈ। ਦੂਜਾ ਅਰਥ, ਉਸਦੇ ਹੁਕਮ ਨਾਲ ਹੀ ਉੱਤਮਾਂ ਤੋਂ ਨੀਚ ਅਤੇ ਨੀਚਾਂ ਤੋਂ ਕੋਈ ਉੱਤਮ ਹੁੰਦਾ ਹੈ। ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਉਸਦੇ ਹੁਕਮ ਅੰਦਰ ਹੀ ਮੱਥੇ ਦੇ ਲੇਖਾਂ ਅਨੁਸਾਰ ਕਈ ਆਦਮੀ ਦੁੱਖ ਅਤੇ ਕਈ ਸੁੱਖ ਪਾਉਂਦੇ ਹਨ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਨਾ ਜੀਵਾਂ ਨੂੰ ਉਸਦੇ ਹੁਕਮ ਨਾਲ ਰਾਜ ਭਾਗ ਦੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਉਸ ਪਰਮਾਤਮਾ ਦੇ ਹੁਕਮ ਨਾਲ ਇੱਕ ਮਨਮੁਖ ਹਮੇਸ਼ਾ 84 ਲੱਖ ਜੂਨਾਂ ਦੇ ਜਨਮ ਮਰਨ ਰੂਪ ਚੱਕਰ ਵਿੱਚ ਪੁਆਏ ਜਾਂਦੇ ਹਨ। ਇਹ ਵੀ ਪਰਮਾਤਮਾ ਦਾ ਹੁਕਮ ਹੈ। ਉਪਜੀਵਕਾ ਵਾਸਤੇ ਦਰ ਦਰ ਉੱਤੇ ਫਿਰਾਏ ਵੀ ਜਾਂਦੇ ਹਨ, ਜਹਾਂ ਦਾਣੇ ਤਹਾਂ ਖਾਣੇ। ਫਿਰ ਜਿੱਥੇ ਜਿੱਥੇ ਪਰਮਾਤਮਾ ਨੇ ਰੋਜ਼ੀ ਰੋਟੀ ਲਿਖੀ ਹੈ ਉੱਥੇ ਜਾਣਾ ਪੈਂਦਾ ਹੈ, ਇਹ ਵੀ ਹੁਕਮ ਹੈ। ਸਿੱਧਾਂ ਆਖਿਆ, ਉਸਦੇ ਹੁਕਮ ਤੋਂ ਬਾਹਰ ਵੀ ਕੋਈ ਚੀਜ਼ ਹੈ ਜਾਂ ਨਹੀਂ? ਉੱਤਰ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਭ ਕੋਈ ਜੀਵ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਚੱਲ ਰਹੇ ਹਨ, ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਹੁਕਮੀ ਸਭੇ ਉਪਜੈ, ਹੁਕਮੀ ਕਾਰ ਕਮਾਹੇ, ਹੁਕਮੀ ਕਾਲੈ ਵਸ ਹੈ, ਹੁਕਮੀ ਸਾਚ ਸਮਾਹੇ। ਨਾਨਕ ਜੋ ਤਿਸ ਭਾਵੈ ਸੋ ਥੀਐ,
ਇਹਨਾਂ ਜਨਤਾ ਵਸ ਕਿਛ ਨਾਹੀਂ। ਸਿੱਧਾਂ ਨੇ ਆਖਿਆ, ਜਿਸ ਤਰ੍ਹਾਂ ਇੱਕ ਪਿਤਾ ਦੇ ਪੰਜੇ ਪੁੱਤਰ ਆਗਿਆਕਾਰੀ ਹੋਣ ਤਾਂ ਪਿਤਾ ਸਾਰਿਆਂ ਉੱਤੇ ਇੱਕੋ ਜਿਹੀ ਨਿਗਾਹ ਰੱਖ ਕੇ ਇੱਕੋ ਜਿਹੇ ਹਿੱਸੇ ਵੰਡ ਕੇ ਦਿੰਦਾ, ਵਿਖਮ ਦ੍ਰਿਸ਼ਟੀ ਨਹੀਂ ਕਰਦਾ। ਇਸੇ ਤਰ੍ਹਾਂ ਜੇ ਪਰਮਾਤਮਾ ਦੇ ਹੁਕਮ ਅੰਦਰ ਸਾਰੇ ਜੀਵ ਹਨ ਤਾਂ ਪਰਮਾਤਮਾ ਕਿਸੇ ਨੂੰ ਦੁੱਖ ਕਿਸੇ ਨੂੰ ਸੁੱਖ ਕਿਉਂ ਦਿੰਦਾ ਹੈ? ਗੁਰੂ ਜੀ ਨੇ ਕਿਹਾ, ਇਹ ਸਿੱਧੋ, ਉਹ ਪਰਮਾਤਮਾ ਜੀਵਾਂ ਨੂੰ ਦੁੱਖ ਸੁੱਖ ਕਰਮਾਂ ਦੇ ਅਨੁਸਾਰ ਦਿੰਦਾ ਹੈ। ਦੂਜਾ ਕਾਰਨ ਇਹ ਵੀ ਹੈ, ਇਹ ਜੀਵ ਪਰਮਾਤਮਾ ਦੇ ਹੁਕਮ ਨੂੰ ਪ੍ਰਸੰਨ ਹੋ ਕੇ ਨਹੀਂ ਮੰਨਦੇ, ਪਰਮਾਤਮਾ ਆਪਣੇ ਜ਼ੋਰ ਨਾਲ ਹੁਕਮ ਮਨਵਾਉਂਦਾ। ਸਿੱਧਾਂ ਨੇ ਆਖਿਆ, ਅਸੀਂ ਸਮਝਦੇ ਹਾਂ ਜੀਵ ਆਪੇ ਉਸਦਾ ਹੁਕਮ ਮੰਨਦੇ ਹਨ। ਗੁਰੂ ਜੀ ਨੇ ਕਿਹਾ, ਆਪਣੇ ਆਪ ਹੁਕਮ ਕੋਈ ਨਹੀਂ ਮੰਨਦਾ, ਕਾਰਜ ਦੁਆਰੇ ਕਾਰਨ ਦਾ ਅਨੁਮਾਨ ਹੁੰਦਾ। ਸੁਣੋ ਨਾਨਕ, ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ। ਜੇਕਰ ਪ੍ਰਸੰਨ ਹੋ ਕੇ ਇਹ ਜੀਵ ਪਰਮਾਤਮਾ ਦੇ ਹੁਕਮ ਨੂੰ ਬੁੱਝਦਾ ਮੰਨਦਾ ਤਾਂ ਹੰਗਤਾ ਮਮਤਾ ਨੂੰ ਕੋਈ ਨਾ ਕਹਿੰਦਾ। ਜਿਸਨੇ ਹੰਗਤਾ ਮਮਤਾ ਕਰ ਰਹੇ ਹਨ, ਜਿਸ 'ਤੇ ਇਹ ਹੰਕਾਰ ਕਰ ਰਹੇ ਹਨ, ਹਉਮੈ ਕਰ ਰਹੇ ਹਨ, ਇਸ ਤੋਂ ਪ੍ਰਤੀਤ ਹੁੰਦਾ ਕਿ ਜੀਵ ਪ੍ਰਸੰਨ ਹੋ ਕੇ ਹੁਕਮ ਨਹੀਂ ਮੰਨਦੇ। ਦੂਜਾ ਅਰਥ, ਸਿੱਧਾਂ ਆਖਿਆ, ਪਰਮੇਸ਼ਰ ਦੇ ਹੁਕਮ ਮੰਨਣ ਅਤੇ ਨਾ ਮੰਨਣ ਵਾਲਿਆਂ ਨੂੰ ਫਿਰ ਕੀ ਫਲ ਮਿਲਦਾ ਹੈ? ਗੁਰੂ ਜੀ ਨੇ ਉੱਤਰ ਦਿੱਤਾ, ਹੁਕਮੀ ਹੋਵਣ ਜੀ ਹੁਕਮ ਹੁਕਮੈ ਅੰਦਰ। ਜੋ ਜੀਵ ਹੁਕਮੀ ਪਰਮਾਤਮਾ ਦੇ ਹੁਕਮ ਮੰਨਣ ਅੰਦਰ ਸਥਿਤ ਹੋਏ ਹਨ, ਹੁਕਮੀ ਹੋਵਣੇ ਆਕਾਰ, ਉਹ ਜੀਵ ਹੁਕਮੀ ਪਰਮਾਤਮਾ ਦਾ ਆਕਾਰ ਸਰੂਪ ਹੋਏ ਹਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਉਹ ਫਿਰ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ, ਜੋ ਰੱਬ ਦੇ ਪਰਮਾਤਮਾ ਦੇ ਹੁਕਮ ਨੂੰ ਖੁਸ਼ ਹੋ ਕੇ ਪ੍ਰਸੰਨ ਹੋ ਕੇ ਮੰਨਦੇ ਹਨ। ਉਹਨਾਂ ਉੱਤੇ ਫਿਰ ਵੇਦਾਂ ਸ਼ਾਸਤਰਾਂ ਦਾ ਹੁਕਮ ਭਾਵ ਡੰਨ ਨਹੀਂ ਕਿਹਾ ਜਾਂਦਾ, ਹੁਕਮ ਮਿਲੇ ਵਡਿਆਈ, ਫਿਰ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਫਿਰ ਉਹਨਾਂ ਦੀ ਉਸਤਤ ਹੁੰਦੀ ਹੈ। ਜਿਹੜੇ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਹਨ ਉਹ ਨੀਚਾਂ ਤੋਂ ਉੱਤਮ ਹੋ ਜਾਂਦੇ ਹਨ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਜਿਸ ਨੀਚ ਕੋਈ ਨਾ ਜਾਣਾ ਨਾਮ ਜਪਤ ਉਹ ਚੌ ਕੁੰਟ ਮਨ। ਜਿਹੜੇ ਨੀਚ ਨੂੰ ਕੋਈ ਵੀ ਨਹੀਂ ਸੀ ਜਾਣਦਾ ਉਹ ਨਾਮ ਜਪਣ ਨਾਲ ਉਹਨੂੰ ਚੌ ਕੁੰਟਾਂ ਦੇ ਵਿੱਚ ਉਸਦਾ ਸਤਿਕਾਰ ਹੋਣ ਲੱਗ ਪੈਂਦਾ ਹੈ। ਤ੍ਰੇਤੇ ਯੁੱਗ ਵਿੱਚ ਇੱਕ ਮਤੰਗ ਨਾਮੇ ਸ਼ਾਂਤ ਆਤਮਾ, ਦੈਵੀ ਗੁਣ ਅਲੰਕ੍ਰਿਤ ਮਹਾਤਮਾ ਹੋਏ, ਜਿਨ੍ਹਾਂ ਦੇ ਚੰਗੇ ਸੁਭਾਅ ਅਤੇ ਚੰਗੀ ਕਰਨੀ ਨੂੰ ਦੇਖ ਕੇ ਬਹੁਤ ਹੀ ਸਾਧੂ ਆਇਆ ਜਾਇਆ ਕਰਦੇ ਸਨ, ਬਲਕਿ ਕਈ ਸਾਧੂਆਂ ਦੀਆਂ ਟੋਲੀਆਂ ਉਹਨਾਂ ਦੇ ਪਾਸ ਹੀ ਰਿਹਾ ਕਰਦੀਆਂ ਸਨ। ਲੰਗਰ ਪਾਣੀ ਉਹ ਆਪ ਹੀ ਕੀਤਾ ਕਰਦੇ ਸਨ। ਉਹਨਾਂ ਸੰਤਾਂ ਦਾ ਜਦ ਭੀਲਣੀ ਨੂੰ ਪਤਾ ਲੱਗਾ ਤਾਂ ਇਹ ਸਾਰਾ ਦਿਨ ਲੱਕੜਾਂ ਇਕੱਠੀਆਂ ਕਰਕੇ ਹਨੇਰੇ ਹੀ ਉਹਨਾਂ ਦੇ ਲੰਗਰ ਸਥਾਨ ਵਿੱਚ ਰੱਖ ਆਇਆ ਕਰੇ। ਜਦ ਕੁਝ ਕੁ ਸਮਾਂ ਬੀਤਿਆ ਤਾਂ ਇੱਕ ਦਿਨ ਰਿਖੀਆਂ ਦੇ ਮਨ ਵਿੱਚ ਇਹ ਵਿਚਾਰ ਆਈ ਕਿ ਸਾਡੀ ਸੇਵਾ ਕਰਕੇ ਸਾਡੇ ਜਪ ਤਪ ਨੂੰ ਕੌਣ ਚੁਰਾ ਰਿਹਾ, ਕੌਣ ਚੁਰਾਈ ਜਾਂਦਾ। ਜਿਤਨੀ ਕੁ ਕਮਾਈ ਅਸੀਂ ਕਰਦੇ ਹਾਂ ਉਹ ਤਾਂ ਲੱਕੜਾ ਸੁੱਟਣ ਵਾਲਾ ਹੀ ਲੈ ਜਾਂਦਾ। ਵਿਚਾਰ ਉਪਰੰਤ ਇਹ ਮਤਾ ਪਾਸ ਕੀਤਾ ਗਿਆ ਕਿ ਰਾਤ ਨੂੰ ਜਾਗ ਕੇ ਸਾਰੇ ਚਾਰ ਚੁਫੇਰੇ ਪਹਿਰਾ ਦਿਓ।
ਪਹਿਰਾ ਦੇਣ ਨਾਲ ਉਹ ਨੀਚ ਜਾਤ ਵਾਲੀ ਭੀਲਣੀ ਫੜੀ ਗਈ। ਸੰਤਾਂ ਨੇ ਫੜ ਕੇ ਉਸ ਨੂੰ ਮਤੰਗ ਰਿਖੀ ਦੇ ਸਾਹਮਣੇ ਕਰ ਦਿੱਤਾ ਕਿ ਸਾਡਾ ਇਹ ਚੋਰ ਹੈ ਜੋ ਲੱਕੜਾਂ ਸੁੱਟ ਕੇ ਸਾਡੇ ਜਪ ਤਪ ਵਿੱਚ ਘਾਟਾ ਪਾਉਂਦਾ। ਮਤੰਗ ਰਿਖੀ ਜੀ ਨੇ ਭੀਲਣੀ ਨੂੰ ਪੁੱਛਿਆ, ਤੂੰ ਕਿਸ ਮਨੋਰਥ ਨੂੰ ਲੈ ਕੇ ਸੰਤਾਂ ਦੀ ਸੇਵਾ ਕਰਦੀ ਹੈ? ਭੀਲਣੀ ਨੇ ਕਿਹਾ, ਸੰਤ ਜੀ, ਮੇਰੇ ਮਨ ਵਿਖੇ ਕੋਈ ਸੰਕਲਪ ਨਹੀਂ ਹੈ, ਮੈਂ ਨਿਰਚਾਹ ਹੋ ਕੇ ਆਪ ਜੀ ਦੀ ਸੇਵਾ ਕਰ ਰਹੀ ਹਾਂ। ਇਹ ਗੱਲ ਸੁਣ ਕੇ ਮਤੰਗ ਰਿਖੀ ਜੀ ਬੜੇ ਪ੍ਰਸੰਨ ਹੋਏ। ਚੇਲਿਆਂ ਨੂੰ ਆਖਦੇ ਹਨ, ਇਹ ਭਾਈ ਦੇਖੋ ਜਾਤੀ ਇਸ ਦੀ ਕੀ ਹੈ ਅਤੇ ਸੇਵਾ ਕਰਨ ਦੀ ਕਿਤਨੀ ਇਸ ਨੂੰ ਚਾਹ ਹੈ। ਭੀਲਣੀ ਦੀ ਸੇਵਾ ਪਰ ਪ੍ਰਸੰਨ ਹੋ ਕੇ ਮਤੰਗ ਰਿਖੀ ਨੇ ਉਸ ਨੂੰ ਰਾਮ ਨਾਮ ਦਾ ਉਪਦੇਸ਼ ਦੇ ਕੇ ਆਖਿਆ ਕਿ ਇਹ ਪੁੱਤਰੀ, ਸੇਵਾ ਦੇ ਨਾਲ ਇਸ ਦਾ ਜਾਪ ਵੀ ਕਰਨਾ ਹੈ। ਇਹ ਉਪਦੇਸ਼ ਵਾਲੀ ਗੱਲ ਸੁਣ ਕੇ ਬਾਕੀ ਦੇ ਸਾਧੂਆਂ ਨੇ ਬੜਾ ਦੁੱਖ ਮਨਾਇਆ ਕਿ ਸਾਡੇ ਗੁਰਾਂ ਨੇ ਬੜਾ ਮਾੜਾ ਕੰਮ ਕੀਤਾ ਜੋ ਸ਼ਾਸਤਰ ਮਰਿਆਦਾ ਅਨੁਸਾਰ ਕੰਮ ਨਹੀਂ ਕੀਤਾ, ਨੀਚ ਜਾਤ ਵਾਲੀ ਭੀਲਣੀ ਨੂੰ ਉਪਦੇਸ਼ ਦੇ ਦਿੱਤਾ ਹੈ। ਮਤੰਗ ਰਿਖੀ ਜੀ ਨੇ ਸਾਧੂਆਂ ਦੀ ਗੱਲ ਸੁਣੀ, ਅਣਸੁਣੀ ਕਰ ਛੱਡੀ ਅਤੇ ਭੀਲਣੀ ਨੂੰ ਸੇਵਾ ਕਰਨ ਦੀ ਆਗਿਆ ਵੀ ਦਿੱਤੀ। ਜਦ ਰਿਖੀ ਜੀ ਦਾ ਅੰਤਮ ਸਮਾਂ ਆ ਗਿਆ ਤਾਂ ਭੀਲਣੀ ਉਦਾਸ ਹੋ ਕੇ ਆਖਦੀ ਹੈ, ਸਵਾਮੀ ਜੀ, ਮੈਨੂੰ ਵੀ ਆਪਣੇ ਨਾਲ ਲੈ ਜਾਓ, ਦੁਨੀਆ ਵਿੱਚ ਜਿਉਂ ਕੇ ਕੀ ਕਰਨਾ। ਰਿਖੀ ਜੀ ਨੇ ਕਿਹਾ, ਥੋੜ੍ਹੇ ਸਮੇਂ ਤੱਕ ਇੱਥੇ ਸ਼੍ਰੀ ਰਾਮ ਚੰਦਰ ਜੀ ਆਉਣਗੇ, ਤੂੰ ਉਹਨਾਂ ਦੇ ਦਰਸ਼ਨ ਕਰਕੇ ਸੇਵਾ ਦਾ ਲਾਭ ਪ੍ਰਾਪਤ ਕਰਨਾ। ਇਹ ਗੱਲ ਆ ਕੇ ਮਤੰਗ ਰਿਖੀ ਜੀ ਨੇ ਆਪਣੇ ਚੋਲੇ ਨੂੰ ਛੱਡ ਦਿੱਤਾ। ਪਿੱਛੋਂ ਸਾਧੂਆਂ ਨੇ ਭੀਲਣੀ ਨੂੰ ਆਪਣੀ ਸੇਵਾ ਤੋਂ ਮਨ੍ਹਾ ਕਰ ਦਿੱਤਾ। ਇਸਨੇ ਫਿਰ ਵੀ ਸੰਤਾਂ ਦੀ ਸੇਵਾ ਦਾ ਹੋਰ ਹੀ ਢੰਗ ਸੋਚ ਲਿਆ। ਕੁਟੀਆ ਤੋਂ ਚੱਲ ਕੇ ਪੰਪਾ ਸਰ ਜਾ ਕੇ ਉਹ ਸਾਧੂ ਇਸ਼ਨਾਨ ਕਰਦੇ ਹੁੰਦੇ ਸਨ। ਉਸ ਰਾਹ ਵਿੱਚ ਇਸਨੇ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ। ਸਾਧੂਆਂ ਨੇ ਉੱਠਣ ਤੋਂ ਪਹਿਲਾਂ ਇਸ ਦੇ ਝਾੜੂ ਫੇਰ ਕੇ ਵਿਹਲਿਆਂ ਹੋ ਜਾਣਾ। ਸਾਧੂ ਸਾਰੇ ਰਾਹ ਦੀ ਸਫਾਈ ਵੇਖ ਕੇ ਬੜੇ ਹੈਰਾਨ ਹੋਣ ਕਿ ਹੁਣ ਰਾਹ ਵਿੱਚ ਝਾੜੂ ਕੌਣ ਫੇਰ ਜਾਂਦਾ। ਫਿਰ ਇੱਕ ਰਾਤ ਜਾਗ ਕੇ ਪਹਿਰਾ ਦਿੱਤਾ, ਤਦ ਵੀ ਝਾੜੂ ਦਿੰਦੀ ਹੋਈ ਭੀਲਣੀ ਫੜੀ ਗਈ ਅਤੇ ਚੰਗੀ ਤਰ੍ਹਾਂ ਇਸ ਨੂੰ ਮਾਰਿਆ ਕੁੱਟਿਆ ਅਤੇ ਇਸ ਤਰ੍ਹਾਂ ਆਖਿਆ ਕਿ ਨੀਚਣੀ ਹੋ ਕੇ ਸਾਡੇ ਚੱਲਣ ਵਾਲੇ ਰਸਤੇ ਨੂੰ ਝਾੜੂ ਫੇਰ ਕੇ ਤੂੰ ਭ੍ਰਿਸ਼ਟ ਕਰ ਦਿੰਦੀ ਹੈ, ਤੈਨੂੰ ਇਹ ਅਕਲ ਕਿਸਨੇ ਦਿੱਤੀ ਹੈ? ਚਲੀ ਜਾ ਇੱਥੋਂ, ਮੁੜ ਕੇ ਸਾਡੇ ਰਸਤੇ ਦੇ ਵਿੱਚ ਕਦੇ ਵੀ ਤੂੰ ਝਾੜੂ ਨਹੀਂ ਲਾਉਣਾ। ਧੰਨ ਭੀਲਣੀ ਸੀ ਜੋ ਅੱਗੋਂ ਚੁੱਪ ਚਾਪ ਰਹੀ, ਸਗੋਂ ਹੱਥ ਜੋੜ ਕੇ ਮਾਫ਼ੀ ਮੰਗੀ। ਉਸ ਦੇ ਸਬਰ ਦਾ ਸਾਧੂਆਂ ਨੂੰ ਇਹ ਫਲ ਮਿਲਿਆ ਕਿ ਜਦ ਪੰਪਾ ਸਰ ਪਰ ਇਸ਼ਨਾਨ ਕਰਨ ਗਏ ਤਾਂ ਕੀ ਵੇਖਦੇ ਹਨ, ਉਸ ਵਿਖੇ ਸਾਰੇ ਕੀੜੇ ਪਏ ਹਨ, ਉਹ ਜਲ ਪੀਣ ਦੇ ਤਾਂ ਨਾ ਹੀ ਇਸ਼ਨਾਨ ਕਰਨ ਦੇ ਯੋਗ ਰਿਹਾ। ਸਾਧੂਆਂ ਦੇ ਚਿੱਤ ਵਿਖੇ ਬੜਾ ਦੁੱਖ ਹੋਇਆ, ਬਥੇਰਾ ਪਾਣੀ ਕੱਢਿਆ ਤਾਂ ਵੀ ਉਹ ਸ਼ੁੱਧ ਨਾ ਹੋਇਆ, ਫਿਰ ਹਮਨ ਵਗੈਰਾ ਕਰਵਾਏ, ਯੱਗ ਕਰਵਾਏ ਤਾਂ ਵੀ ਉਸ ਸਰੋਵਰ ਦਾ ਜਲ ਸ਼ੁੱਧ ਨਾ ਹੋਇਆ। ਇਤਨੇ ਨੂੰ ਉਸੇ ਜੰਗਲ ਵਿੱਚ ਸ਼੍ਰੀ ਰਾਮ ਚੰਦਰ ਜੀ ਆ ਵਿਚਰੇ। ਪਤਾ ਲੱਗਣ ਪਰ ਸਭ ਸਾਧੂਆਂ ਨੇ ਆਪੋ ਆਪਣੀਆਂ ਕੁਟੀਆਂ ਸਵਾਰ ਰੱਖੀਆਂ। ਇੱਕ ਆਖਦਾ, ਮੇਰੀ ਕੁਟੀਆ ਵਿੱਚ ਰਾਮ ਜੀ ਆਉਣਗੇ, ਦੂਜਾ ਆਖੇ ਮੇਰੀ ਕੁਟੀਆ ਵਿੱਚ ਆਉਣਗੇ, ਤੀਜਾ ਆਖਦਾ ਮੇਰੀ ਕੁਟੀਆ ਵਿੱਚ ਆਉਣਗੇ, ਪਰੰਤੂ ਰਾਮ ਜੀ ਕਿਸੇ ਸੰਤ ਦੀ ਕੁਟੀਆ ਵਿੱਚ ਨਾ ਗਏ, ਪ੍ਰੇਮ ਵਸ ਹੋ ਕੇ ਇੱਕ ਭੀਲਣੀ ਦੇ ਘਰ ਵਿੱਚ ਚਲੇ ਗਏ ਅਤੇ ਉਸ ਪਾਸੋਂ ਜਾ ਕੇ ਜੂਠੇ ਬੇਰ ਖਾਧੇ। ਬੇਰ ਖਾ ਕੇ ਬਹੁਤ ਹੀ ਪ੍ਰਸੰਨ ਹੋਏ ਅਤੇ ਇਸ ਤਰ੍ਹਾਂ ਪਿਆਰ ਭਰੇ ਬਚਨ ਕਹਿਣ ਲੱਗੇ, ਹੇ ਸ਼ਬਰੀ, ਜਿਵੇਂ ਤੂੰ ਪ੍ਰੇਮ ਨਾਲ ਬੇਰ ਛਕਾਏ ਹਨ ਐਸੇ ਕਿਸੇ ਨੇ ਨਹੀਂ ਛਕਾਏ, ਜਾ ਤੂੰ ਨਿਹਾਲ ਹੋ ਜਾ। ਇਹ ਵਾਰ ਦੇ ਰਹੇ ਸਨ ਕਿ ਇਤਨੇ ਨੂੰ ਸਾਧੂ ਵੀ ਆਣ ਪਹੁੰਚੇ, ਚਰਨਾਂ ਪਰ ਨਮਸਕਾਰ ਕਰਕੇ ਆਖਦੇ ਹਨ, ਅਸੀਂ ਆਪ ਜੀ ਵਾਸਤੇ ਕੁਟੀਆ ਸਵਾਰ ਰੱਖੀਆਂ, ਆਪ ਜੀ ਦੇ ਦਰਸ਼ਨ ਨਹੀਂ ਦਿੱਤੇ। ਤਾਂ ਰਾਮ ਜੀ ਨੇ ਕਿਹਾ, ਆਓ, ਕਿਸ ਤਰ੍ਹਾਂ ਆਏ ਹੋ?
ਸਾਧੂਆਂ ਨੇ ਕਿਹਾ, ਪੰਪਾ ਸਰ ਵਿਖੇ ਕੀੜੇ ਪੈ ਗਏ ਹਨ, ਉਸ ਦਾ ਜਲ ਸ਼ੁੱਧ ਕਰਨ ਵਾਸਤੇ ਆਪ ਜੀ ਪਾਸ ਆਏ, ਆਪ ਕਿਰਪਾ ਕਰੋ। ਰਾਮ ਚੰਦਰ ਜੀ ਨੇ ਕਿਹਾ, ਤੁਸੀਂ ਵੱਡੇ ਵੱਡੇ ਮਹਾਂਤਪਸਵੀ ਲੋਕ ਹੋ, ਤੁਸੀਂ ਆਪਣੇ ਚਰਨਾਂ ਦਾ ਧੋ ਕੇ ਜਲ ਪਾਓ, ਸ਼ਾਇਦ ਪਵਿੱਤਰ ਹੋ ਜਾਏ। ਰਿਖੀਆਂ ਨੇ ਵੈਸੇ ਕੀਤਾ, ਪਰ ਜਲ ਸ਼ੁੱਧ ਨਾ ਹੋਇਆ। ਫਿਰ ਰਾਮ ਚੰਦਰ ਜੀ ਨੇ ਆਪਣੇ ਚਰਨਾਂ ਦਾ ਜਲ ਪਾਇਆ, ਤਾਂ ਵੀ ਪੰਪਾ ਸਰ ਦਾ ਜਲ ਪਵਿੱਤਰ ਨਾ ਹੋਇਆ। ਪੁਨਾ ਰਾਮ ਚੰਦਰ ਜੀ ਨੇ ਕਿਹਾ, ਹੁਣ ਭਿੱਲਣੀ ਦੇ ਚਰਨਾਂ ਨੂੰ ਧੋ ਕੇ ਜਲ ਪਾਓ, ਸ਼ਾਇਦ ਪੰਪਾ ਸਰ ਦਾ ਜਲ ਪਵਿੱਤਰ ਹੋ ਜਾਵੇ। ਰਿਖੀ ਜਲ ਤੋਂ ਬੜੇ ਔਖੇ ਸਨ, ਰਾਮ ਚੰਦਰ ਜੀ ਦਾ ਵਚਨ ਮੰਨ ਕੇ ਭਿੱਲਣੀ ਦੇ ਪੈਰ ਧੋਣ ਲਈ ਤਿਆਰ ਹੋ ਗਏ। ਦੇਖੋ ਕਿਤੇ ਉਹ ਸਮਾਂ ਸੀ ਕਿ ਭਿੱਲਣੀ ਨੂੰ ਸਾਰਿਆਂ ਸਾਧੂਆਂ ਨੇ ਮਾਰਿਆ ਸੀ, ਹੁਣ ਇਹ ਵਕਤ ਆ ਗਿਆ ਕਿ ਉਹਨਾਂ ਹੀ ਸਾਧੂਆਂ ਨੂੰ ਭਿੱਲਣੀ ਦੇ ਪੈਰ ਧੋਣੇ ਪੈ ਗਏ। ਜਦ ਪਾਣੀ ਦਾ ਗੜਵਾ ਲੈ ਕੇ ਪੈਰ ਧੋਣ ਲੱਗੇ ਤਾਂ ਭਿੱਲਣੀ ਨੇ ਬੇਨਤੀ ਕੀਤੀ, ਪ੍ਰਭੂ ਜੀ, ਇਹਨਾਂ ਸਾਧੂਆਂ ਪਾਸੋਂ ਮੈਂ ਨੀਚਣੀ ਦੇ ਪੈਰ ਧੁਆ ਕੇ ਮੇਰੇ ਸਿਰ ਭਾਰ ਨਾ ਚੜ੍ਹਾਓ, ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਆਪ ਹੀ ਧੋ ਕੇ ਪਾ ਦਿੰਦੀ ਹਾਂ। ਸ਼੍ਰੀ ਰਾਮ ਚੰਦਰ ਜੀ ਨੇ ਕਿਹਾ, ਚੰਗਾ, ਤੂੰ ਆਪ ਹੀ ਪੈਰ ਧੋ ਕੇ ਜਲ ਪਾ ਦੇ। ਜਿਸ ਵੇਲੇ ਭਿੱਲਣੀ ਨੇ ਆਪਣੇ ਪੈਰ ਧੋ ਕੇ ਜਲ ਪਾਇਆ ਤਾਂ ਪੰਪਾ ਸਰ ਦਾ ਜਲ ਉਸੇ ਵੇਲੇ ਸਾਫ਼ ਹੋ ਗਿਆ। ਦੇਖੋ ਪ੍ਰਭੂ ਕਿਤਨਾ ਬੇਅੰਤ ਹੈ, ਜੋ ਨੀਚਾਂ ਨੂੰ ਵੀ ਊਚ ਕਰ ਦਿੰਦਾ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਪਰਮਾਤਮਾ ਦੇ ਹੁਕਮ ਨੂੰ ਜਿਹੜੇ ਮੰਨਦੇ ਹਨ ਉਹਨਾਂ ਦੇ ਮੱਥੇ ਪਰ ਜੇ ਦੁੱਖ ਵੀ ਲਿਖੇ ਹੋਣ ਤਾਂ ਵੀ ਉਹ ਸੁੱਖ ਪਾਉਣਾ ਕਰਦੇ ਹਨ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾ ਕੈ, ਕੰਚਨ ਮਾਟੀ ਮਾਨੈ। ਜਿਹੜੇ ਲੋਕ ਦੁੱਖ ਨੂੰ ਵੀ ਸੁੱਖ ਕਰਕੇ ਜਾਣਦੇ ਹਨ, ਦੁੱਖ ਕੀ ਹੈ, ਦੁੱਖ ਦਾਰੂ ਸੁੱਖ ਰੋਗ ਭਇਆ, ਜਦੋਂ ਸੁੱਖ ਸਾਡਾ ਰੋਗ ਬਣ ਜਾਣ, ਸੁੱਖਾਂ ਦੇ ਵਿੱਚ ਗਰਕ ਹੋ ਕੇ ਅਸੀਂ ਪਰਮਾਤਮਾ ਨੂੰ ਭੁੱਲ ਜਾਈਦਾ ਹੈ, ਤਦ ਫਿਰ ਦੁੱਖ ਸਾਡੀ ਦਵਾ ਦਾਰੂ ਬਣ ਕੇ ਸਾਡੇ ਜੀਵਨ ਵਿੱਚ ਆਉਂਦੇ ਹਨ, ਤਾਂ ਜੋ ਪਰਮਾਤਮਾ ਸਾਨੂੰ ਹਮੇਸ਼ਾ ਚੇਤੇ ਰਹੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਨਾ ਗੁਰਮੁਖਾਂ ਨੂੰ ਹੁਕਮੀ ਪਰਮਾਤਮਾ ਦਾ ਹੁਕਮ ਮੰਨਣ ਕਰਕੇ ਭਗਤੀ ਵਿਰਾਗ ਗਿਆਨ ਦੁਆਰਾ ਸਵੈ ਸਰੂਪ ਦੀ ਬਖਸ਼ਿਸ਼ ਹੁੰਦੀ ਹੈ। ਇੱਕ ਹੁਕਮੀ ਸਦਾ ਭਵਾਈ ਹੈ। ਇੱਕ ਮਨਮੁੱਖ ਜੋ ਪਰਮਾਤਮਾ ਦਾ ਹੁਕਮ ਨਹੀਂ ਮੰਨਦੇ, ਉਹ ਹਮੇਸ਼ਾ 84 ਲੱਖ ਜੂਨੀਆਂ ਵਿੱਚ ਭਵਾਈਦੇ ਹਨ, ਫੇਰਦੇ ਹਨ, ਘੁੰਮਦੇ ਫਿਰਦੇ ਰਹਿੰਦੇ ਹਨ। ਬ੍ਰਹਮਾ ਵਿਸ਼ਨੁ ਰਿਖੀ ਮੁਨੀ ਸ਼ੰਕਰ ਇੰਦ ਤਪੈ ਭੇਖਾਰੀ, ਮਾਨੈ ਹੁਕਮ ਸੋਹੈ ਦਰ ਸਾਚੈ, ਆਖੀ ਮਰੈ ਅਫਾਰੀ, ਜੰਗਮ ਜੋਤ ਜਤੀ ਸੰਨਿਆਸੀ, ਗੁਰਪੂਰੈ ਵਿਚਾਰੀ, ਬਿਨ ਸੇਵਾ ਫਲ ਕਬੂ ਨ ਪਾਵਸ, ਸੇਵਾ ਕਰਨੀ ਸਾਰੀ। ਹੁਕਮੈ ਅੰਦਰ ਸਭ ਪਰਮਾਤਮਾ ਦੇ ਹੁਕਮ ਅੰਦਰ ਰਹਿਣ ਕਰਕੇ ਸਭ ਕੋਈ ਮੱਥੇ ਟੇਕਦਾ ਅਤੇ ਸਾਰੇ ਦੁਨੀਆ ਦੇ ਪਦਾਰਥ ਮਿਲ ਜਾਂਦੇ ਹਨ, ਫਿਰ ਸਾਰੇ ਸ਼ੁਭ ਗੁਣ ਵੀ ਪ੍ਰਾਪਤ ਹੋ ਜਾਂਦੇ ਹਨ। ਬਾਹਰ ਹੁਕਮ ਨਾ ਕੋਈ, ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋਣ ਕਰਕੇ ਨਾ ਕੋਈ ਮੱਥੇ ਟੇਕਦਾ, ਨਾ ਕੋਈ ਪਰਮਾਤਮਾ ਮਿਲਦਾ ਅਤੇ ਨਾ ਹੀ ਕੋਈ ਸ਼ੁਭ ਗੁਣ ਪ੍ਰਾਪਤ ਹੁੰਦਾ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਈ। ਸਤਿਗੁਰੂ ਦੇਵ ਜੀ ਕਥਨ ਕਰਦੇ ਹਨ, ਇਹ ਜੀਵ ਦੇ ਜੇ ਪਰਮਾਤਮਾ ਦੇ ਹੁਕਮ ਨੂੰ ਮੰਨੇ ਤਾਂ ਹੋਂ ਹੰਗਤਾ ਬੁੱਝ ਜਾਂਦੀ ਹੈ, ਹਉਮੈ ਚਲੀ ਜਾਂਦੀ ਹੈ, ਹੰਕਾਰ ਬੁੱਝ ਜਾਂਦਾ ਹੈ, ਜਾਂ ਹੰਕਾਰ ਦੂਰ ਹੋ ਜਾਵੇ ਤਾਂ ਫਿਰ ਮੈਂ ਮਮਤਾ ਨੂੰ ਕੋਈ ਨਹੀਂ ਕਹਿੰਦਾ। ਹੰਗਤਾ ਅਤੇ ਮਮਤਾ ਇਹ ਦੋਨੋਂ ਹੀ ਦੁੱਖਾਂ ਦਾ ਕਾਰਨ ਹਨ। ਹੰਗਤਾ ਦੂਰ ਹੋ ਜਾਵੇ, ਹੰਕਾਰ ਦੂਰ ਹੋ ਜਾਵੇ ਤਾਂ ਮਮਤਾ ਆਪੇ ਨਿਵਿਰਤ ਹੋ ਜਾਂਦੀ ਹੈ।
ਯਥਾ ਕਹਿਤ ਨਾਨਕ ਹਉ ਮੈਂ ਕਹਿ ਨ ਕੋਇ ਆਖਣ ਵੇਖਣ ਸਭ ਸਾਹਿਬ ਤੇ ਹੋਏ। ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ, ਕਥਾ ਕਰਦਿਆਂ ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।